ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਦੰਦੇ ਆਂ ਜੀ ਤੁਹਾਨੂੰ ਅੱਜ ਦੀ ਅਪਡੇਟ ਜੇ ਤੁਸੀਂ ਚੈਨਲ ਤੇ ਨਵੇਂ ਆਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਐਮਸ ਦੇ ਵੱਲੋਂ ਵੀ ਅਪਡੇਟ ਆਈ ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਦੇਖਦੇ ਆਂ ਜੀ ਪਹਿਲਾਂ ਅੱਜ ਕਿੰਨੇ ਕੇਸ ਐਂਟਰ ਹੋਏ ਆ ਤੇ ਅੱਜ ਜਿਹੜੇ ਇਟਲੀ ਦੇ ਵਿੱਚ ਕੇਸ ਐਂਟਰ ਹੋਏ ਆ ਜੀ 7224 ਅੱਜ ਨਵੇਂ ਕੇਸ ਐਂਟਰ ਹੋਏ ਆ ਜੀ ਕੱਲ ਦੇ ਵਾਂਗੂ ਕੱਲ ਕਿੰਨੇ ਕੇਸ ਅੱਜ ਐਂਟਰ ਹੋਏ ਆ ਤੇ ਅੱਜ ਇਹ ਡੈਥ ਹੋਈ ਹੈ ਅੱਜ 49 ਜਾਨਾਂ ਦੀ ਡੈਥ ਹੋਈ ਆ ਤੇ ਟੋਟਲ ਡੈਥ ਦੀ ਗੱਲ ਕਰੀ ਜਾਈ ਆਪਾਂ 128683 ਬੰਦੇ ਦੀ ਹੁਣ ਤੱਕ ਡੈਥ ਹੋ ਚੁੱਕੀ ਆ ਤੇ ਅੱਜ ਠੀਕ ਹੋਣ ਵਾਲੀ ਦੀ ਗਿਣਤੀ ਹੈਗੀ ਹੈ 6211 ਬੰਦਾ ਹੋਇਆ ਅੱਜ ਠੀਕ ਤੇ ਟੋਟਲ ਆਪਾਂ ਇਹ ਗੱਲ ਕਰੀ ਜਾਈ ਐਕਟਿਵ ਕੇਸਾਂ ਦੀ ਤਾਂ ਇਟਲੀ ਦੇ ਵਿੱਚ ਜਿਹੜੇ ਹੁਣ ਐਕਟਿਵ ਕੇਸ ਆ ਜਿਹੜੇ ਕਿ ਪੋਜ਼ਿਟਿਵ ਬੰਦੇ ਆ ਇਹੋਨਾਂ ਦੀ ਗਿਣਤੀ ਹੈਗੀ ਆ 131000 462 ਐਕਟਿਵ ਕੇਸ ਆ ਤੇ ਜਿਹੜੇ ਆਈਸੀਯੂ ਦੇ ਵਿੱਚ ਆਈ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਉਹ ਹੁਣ ਗਿਣਤੀ ਹੋ ਚੁੱਕੀ ਹੈ 455 ਇਹ ਹੋ ਚੁੱਕੇ ਆ ਵੀ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੇ ਹੁਣ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਨੈਕਸਟ ਖਬਰ ਦੇ ਵੱਲ ਜਿਹੜੀ ਕਿ ਨੈਕਸਟ ਖਬਰ ਆਈ ਉਹ ਹੈਗੀ ਆ ਯੂਕੇ ਤੋਂ ਆ ਰਹੀ ਆ ਤੇ ਯੂਕੇ ਦੇ ਵਿੱਚ ਵੀ ਹੁਣ ਜਿਹੜੇ ਫੋਨ ਆਈ ਲੈਂਡਲਾਈਨ ਫੋਨ ਹੁੰਦੇ ਆ ਜਿਵੇਂ ਰিসিਵਰ ਵਾਲੇ ਹੁੰਦੇ ਆ ਜਿਹੜੇ ਕਿ ਉਹ ਬੰਦ ਕਰਨ ਜਾ ਰਹੇ ਹੈ 2025 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਬੰਦ ਕਰ ਦੇਣੇ ਕਿਉਂਕਿ ਜਿਹੜੀ ਹੁਣ ਟੈਕਨੋਲੋਜੀ ਆਈ ਜਿਵੇਂ 5G ਵੀ ਹੁਣ ਤਕਰੀਬਨ ਸ਼ੁਰੂ ਹੋ ਚੁੱਕੇ ਆ ਤਾਂ ਉਹਦੇ ਕਰਕੇ ਵੀ ਜਿਹੜੇ ਹੁਣ ਤਾਰ ਵਾਲੇ ਲੈਂਡਲਾਈਨ ਹੁੰਦੇ ਆਈ ਉਹ ਉਹ ਹੁਣ ਯੂਕੇ ਦੇ ਵਿੱਚ ਉੱਥੇ ਜਿਹੜੀ ਗਵਰਨਮੈਂਟ ਆਈ ਉਹਨਾਂ ਨੇ ਅਨਾਉਂਸ ਕਰਤਾ ਕਿ 2025 ਤੋਂ ਪਹਿਲਾਂ ਪਹਿਲਾਂ ਕਿ ਜਿਹੜੇ ਲੈਂਡਲਾਈਨ ਫੋਨ ਆ ਵੀ ਉਹ ਉਹਨਾਂ ਨੇ ਬੰਦ ਕਰ ਦੇਣੇ ਤੇ ਇਹਦੇ ਨਾਲ ਹੀ ਆਪਾਂ ਦੇਖ ਲੈਂਦੇ ਆ ਅੱਜ ਦੀ ਜਿਹੜੀ ਯੂਕੇ ਦੀ ਸਿਚੁਏਸ਼ਨ ਕਿੱਦਾਂ ਰਹੀ ਹੈ ਵੀ ਅੱਜ ਕਿੰਨੇ ਕੇਸ ਐਂਟਰ ਹੋਏ ਆ ਯੂਕੇ ਦੇ ਵਿੱਚ ਤੇ ਯੂਕੇ ਦੇ ਵਿੱਚ ਅੱਜ ਆਏ ਆਈ 37314 ਅੱਜ ਨਵੇਂ ਕੇਸ ਐਂਟਰ ਹੋਏ ਆ ਤੇ ਜਿਹੜੀ ਅੱਜ ਡੈਥ ਹੋਈ ਆਈ ਉਹ ਹੋਈ ਆ 114 ਬੰਦਿਆਂ ਦੀ ਅੱਜ ਡੈਥ ਹੋਈ ਆ ਯੂਕੇ ਦੇ ਵਿੱਚ ਤੇ ਠੀਕ ਹੋਣਾਂ ਦੀ ਗਿਣਤੀ ਹੈਗੀ ਅੱਜ 31000 156 ਬੰਦਾ ਹੋਈ ਆਈ ਠੀਕ ਅੱਜ ਤੇ ਜਿਹੜੇ ਹੁਣ ਐਕਟਿਵ ਕੇਸ ਆਈ ਉਹਨਾਂ ਦੀ ਗਿਣਤੀ ਦੇਖੀ ਜੀ ਆਪਾਂ ਤਾਂ ਐਕਟਿਵ ਕੇਸਾਂ ਦੀ ਗਿਣਤੀ ਦੂਏ ਨੰਬਰ ਤੇ ਆ ਜਾਂਦੀ ਹੈ ਜਿਵੇਂ ਆਪਣੇ ਯੂ ਐਸ ਏ ਤੋਂ ਬਾਅਦ ਯੂ ਕੇ ਆਉਂਦਾ ਜਿੱਥੇ ਕਿ ਐਕਟਿਵ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਐਕਟਿਵ ਕੇਸ ਹੈਗੀਆਂ ਯੂ ਕੇ ਦੇ ਵਿੱਚ 13,10,815 ਹੈਗੀਆਂ ਇਹ ਐਕਟਿਵ ਕੇਸ ਤੇ ਯੂ ਐਸ ਏ ਦੀ ਗੱਲ ਕਰੀ ਜੀ ਆਪਾਂ ਤਾਂ ਯੂ ਐਸ ਏ ਦੇ ਵਿੱਚ ਹੈਗੀਆਂ 71 ਲੱਖ 98190 ਜਿਹੜੇ ਕਿ ਐਕਟਿਵ ਕੇਸ ਆ ਤੇ ਆਈਸੀਯੂ ਦੇ ਵਿੱਚ ਆ ਜਿਹੜੇ ਯੂਕੇ ਦੇ ਵਿੱਚ ਸੀਰੀਅਸ ਕੰਡੀਸ਼ਨ ਦੇ ਵਿੱਚ ਆਈ ਉਹ ਹੈਗਾ 928 ਬੰਦਾ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ ਤੇ ਹੁਣ ਤੱਕ ਹੀ ਡੈਥ ਦੀ ਗੱਲ ਕਰੀ ਜਾਈ ਆਪਾਂ ਵੀ ਜਿਹੜੀ ਕੋਵਿਡ ਦੇ ਕਰਕੇ ਡੈਥ ਹੋਈ ਆ ਯੂਕੇ ਦੇ ਵਿੱਚ ਤਾਂ ਇਹੋ ਇੱਕ 131487 ਬੰਦੇ ਦੀ ਡੈਥ ਹੋ ਚੁੱਕੀ ਆ ਤੇ ਜੁਕੇ ਹੁਣ 6ਵੇਂ ਨੰਬਰ ਤੇ ਆਈ ਜਿਵੇਂ ਤੁਹਾਨੂੰ ਪਤਾ ਹੀ ਉੱਥੇ ਦੀ ਜਿਹੜੀ ਗਵਰਨਮੈਂਟ ਆਈ ਸਾਰਾ ਕੁਝ ਵੀ ਜਿਹੜੇ ਰੂਲ ਨਿਯਮ ਆਈ ਸਾਰੇ ਖਤਮ ਕਰ ਚੁੱਕੀ ਆ ਵੀ ਦੇਖੀ ਜਾਓ ਕਿ ਕਿੱਦਾਂ ਬਣਦਾ ਤਾਂ ਜਿਹੜੇ ਉੱਥੇ ਕੇਸ ਆਈ ਉਹ ਲਗਾਤਾਰ ਕੇਸ ਉਨੇ ਕੇ ਆ ਰਹੇ ਆਈ ਚਲੋ ਵੱਧ ਵੀ ਵੱਧੇ ਆਈ 37000 ਪਰ ਜਿਹੜੇ ਕੇਸ ਆਈ ਉਹ ਘਟ ਨਹੀਂ ਰਹੇ ਹੈਗੇ ਸਾਰੇ ਯੂਰਪ ਦੇ ਵਿੱਚ ਹੀ ਜਿਵੇਂ WHO ਵੱਲੋਂ ਜਿਹੜੇ ਕੀ ਹੁਣ ਆਪਰੇ ਤੁਹਾਨੂੰ ਕੱਲ ਅਪਡੇਟ ਦਿੱਤੀ ਸੀਗੀ ਤਾਂ ਸਾਰੇ ਯੂਰਪ ਦੇ ਵਿੱਚ ਹੀ ਜਿਹੜੇ ਕੇਸ ਆਈ ਪਿਛਲੇ 2 ਮਹੀਨਿਆਂ ਤੋਂ ਵਧਨੇ ਸ਼ੁਰੂ ਹੋਏ ਹੋਏ ਆ ਬਾਕੀ ਹੁਣ ਜਿਵੇਂ ਹੁਣ ਸਤੰਬਰ ਆਈ ਸਤੰਬਰ ਦੇ ਵਿੱਚ ਦੇਖਦੇ ਆ ਕਿੰਦਾ ਸਰਕਾਰ ਹੁਣ ਡਿਸੀਜਨ ਲੈਣ ਗਈਆਂ ਕਿਉਂਕਿ ਹੁਣ ਜਿਹੜੀਆਂ ਛੁੱਟੀਆਂ ਈ ਉਹ ਛੁੱਟੀਆਂ ਚੱਲ ਰਹੀਆਂ ਈ ਸਾਰੇ ਯੂਰਪ ਦੇ ਵਿੱਚ ਹੀ ਸਾਰੇ ਜਿਵੇਂ ਟੂਰਿਸਟ ਆ ਜਿਹੜੇ ਉਹ ਇਧਰ ਤੇ ਉਧਰ ਜਾ ਰਹੇ ਆਂ ਈ ਹਰੇਕ ਕੰਟਰੀ ਦੇ ਵਿੱਚ ਬਾਕੀ ਜਿਹੜੀ ਆਪਣੇ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਿ ਫਲੈਟਾਂ ਦੇ ਬਾਰੇ ਅਪਡੇਟ ਕੋਈ ਤਾਂ ਹੀ ਹਜੇ ਫਲੈਟਾਂ ਦੇ ਬਾਰੇ ਆਪਾਂ ਨੂੰ ਵੇਟ ਕਰਨੀ ਪੈਣੀ ਆ ਵੀ ਜਿਹੜੀਆਂ ਆਮ ਨੋਰਮਲ ਫਲੈਟਾਂ ਯੂਹੂ ਚੱਲ ਰਹੀਆਂ ਤੇ ਬਾਕੀ ਹਜੇ ਜਿਹੜੀ ਆਪਾਂ ਨੂੰ ਮੇਨ ਅਪਡੇਟ ਆ ਤਾਂ ਜੋ ਇਹ ਮਹੀਨੇ ਦੇ ਲਾਸਟ ਤੱਕ ਆਪਾਂ ਨੂੰ ਫਾਈਨਲ ਹੋ ਜਾਣਾ ਵੀ ਕਿਵੇਂ ਹੀ ਅੱਗੇ ਵਧੂਗਾ ਕਿ ਵੀ ਓਪਨ ਹੋ ਜਾਣਗੀਆਂ ਆਪਾਂ ਨੂੰ ਹਜੇ ਵੇਟ ਕਰਨੀ ਪੈਣੀ ਆ ਥੋੜਾ ਟਾਈਮ ਹੋਰ ਕਿਉਂਕਿ ਜੇ ਆਪਾਂ ਇਹ ਹਾਲਾਤ ਦੇਖੀਏ ਤਾਂ ਇਹ ਹਾਲਾਤ ਹਜੇ ਜਿਹੜੇ ਕਿ ਬਾਰੇ ਸਹੀ ਵੀ ਨਹੀਂ ਹੈਗੇ ਵੀ ਹਾਲਾਤ ਖਰਾਬ ਹੀ ਆ ਹਜੇ ਵੀ ਇਟਲੀ ਦੇ ਵਿੱਚ ਵੀ ਹੁਣ ਜਿਹੜੇ ਕੇਸ ਵਧਦਾ ਆ ਰਹੇ ਆ ਤੇ ਇੰਡੀਆ ਦੀ ਅੱਜ ਦੀ ਆਪਾਂ ਤੁਹਾਨੂੰ ਅਪਡੇਟ ਦਈਏ ਤਾਂ ਹੀ ਇੰਡੀਆ ਦੇ ਵਿੱਚ ਅੱਜ ਹੁਣ ਤੱਕ ਜਿਹੜੇ ਕਿ 8000 ਦੇ ਨੇੜੇ ਤੇੜੇ ਕੇਸ ਐਂਟਰ ਹੋ ਚੁੱਕੀਆਂ ਜਿਵੇਂ ਤੁਹਾਨੂੰ ਪਤਾ ਹੀ ਇਹ ਜਿਹੜੀ ਅਪਡੇਟ ਆਈ ਕਨਫਰਮ ਅਪਡੇਟ ਨਹੀਂ ਹੁੰਦੀ ਹੈ ਕਿ ਇੰਡੀਆ ਦੀ ਥੋੜੇ ਥੋੜੇ ਟਾਈਮ ਬਾਅਦ ਜਿਹੜੇ ਕੇਸ ਆ ਇਹੋ ਵਧਦੇ ਰਹਿੰਦੇ ਆ ਬਾਕੀ ਜਿੰਨੇ ਇੱਕ ਹੁਣ ਆਪਾਂ ਜਦੋਂ ਵੀਡੀਓ ਰਿਕਾਰਡ ਕਰ ਰਹੇ ਹਾਂ ਇਹ ਉਹ ਤੁਹਾਨੂੰ ਅਪਡੇਟ ਦੇ ਦਿੰਦੇ ਆ ਤਾਂ ਹੀ 7786 ਜਿਹੜੇ ਕੀ ਹੁਣ ਇਹ ਕੇਸ ਵੈਬਸਾਈਟ ਤੇ ਇਹ ਦਿਖਾ ਰਹੇ ਆ ਕਿ ਇੰਨੇ ਕੇਸ ਸੈਂਟਰ ਹੋ ਗਏ ਤੇ ਜਿਹੜੀ ਅੱਜ ਡੈਥ ਸ਼ੋ ਹੋ ਰਹੀ ਹੈ ਇਹ ਉਹ ਹੈਗੀ ਆ 136 ਬੰਦੇ ਦੀ ਇੰਡੀਆ ਦੇ ਵਿੱਚ ਡੈਥ ਸ਼ੋ ਹੋ ਰਹੀ ਆ ਤੇ ਟੋਟਲ ਡੈਥ ਹੁਣ ਤੱਕ ਹੀ ਕੋਵਿਡ ਦੇ ਕਰਕੇ 433758 ਬੰਦੇ ਦੀ ਟੋਟਲ ਡੈਥ ਹੋ ਚੁੱਕੀ ਆ ਤੇ ਅੱਜ ਠੀਕ ਹੋਣ ਵਾਲੀ ਗਿਣਤੀ ਹੈਗੀ ਆ ਇੰਡੀਆ ਦੇ ਵਿੱਚ ਹੀ 10210 ਬੰਦਾ ਹੋ ਚੁੱਕੀ ਹੈ ਠੀਕ ਤੇ ਐਕਟਿਵ ਕੇਸ ਦੇਖੀਏ ਜੀ ਆਪਾਂ ਇੰਡੀਆ ਦੇ ਵਿੱਚ ਹੁਣ ਐਕਟਿਵ ਕੇਸ ਹੈਗੇ ਆ ਜੀ 3 ਲੱਖ 67896 ਐਕਟਿਵ ਕੇਸ ਆ ਤੇ ਜਿਹੜੇ ਆਈਸੀਯੂ ਦੇ ਵਿੱਚ ਆਈ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਉਹ ਹੈਗਾ ਹੀ 8944 ਬੰਦਾ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੇ ਹੁਣ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਦੇ ਵੱਲ ਜਿਹੜੀ ਨੈਕਸਟ ਅਪਡੇਟ ਆ ਇਹੋ ਹੈਗੀ ਆ ਇਜ਼ਰਾਈਲ ਕੰਟਰੀ ਤੋਂ ਜਿਵੇਂ ਕਿ ਕੱਲ ਜਿਹੜੀ ਅਪਡੇਟ ਇਹਨਾਂ ਨੇ ਦਿੱਤੀ ਸੀਗੀ ਤਾਂ ਉਹਦੇ ਵਿੱਚ ਜਿਹੜੀ ਤੀਜੀ ਡੋਜ਼ ਲੱਗਣੀ ਸੀਗੀ ਤਾਂ ਇਹੋ 60 ਸਾਲ ਤੋਂ ਜਿਨ੍ਹਾਂ ਦੀ ਉਮਰ ਵੱਧ ਆ ਤੇ ਜਿਨ੍ਹਾਂ ਨੂੰ ਕੋਈ ਬਿਮਾਰੀ ਠਮਾਰੀ ਜਿਵੇਂ ਕਿ ਕੋਈ ਉਹਨਾਂ ਦੀ ਇਮਿਊਨਿਟੀ ਸਿਸਟਮ ਵੀ ਸਟਰੋਂਗ ਨਹੀਂ ਹੈਗਾ ਵੀ ਉਹਨਾਂ ਦੇ ਲੱਗਣੀ ਸੀਗੀ ਤੇ ਪਰ ਜਿਹੜੀ ਇਹ ਏਜ ਆਈ ਇਹ ਹੁਣ ਏਜ ਇਹਨਾਂ ਵੱਲੋਂ ਹੋਰ ਜਿਹੜੀ ਘਟਾਈ ਗਈ ਹੈ 40 ਸਾਲ ਜਿਹੜੀ ਕਿ ਏਜ ਕਰ ਦਿੱਤੀ ਗਈ ਆ ਵੀ ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਧ ਆ ਵੀ 40 ਸਾਲ ਆ ਵੀ ਉਹਨਾਂ ਦੇ ਜਿਹੜੀ ਤੀਜੀ ਡੋਜ਼ ਲੱਗ ਸਕਦੀ ਆ ਤੇ ਹੁਣ ਜਿਹੜੀ ਇਹਨਾਂ ਨੇ ਉਮਰ ਘਟਾਤੀ ਤੇ ਹੁਣ ਇਸ ਤੋਂ ਬਾਅਦ ਚੱਲਦੇ ਆ ਜੀ ਆਪਾਂ ਨੈਕਸਟ ਅਪਡੇਟ ਦੇ ਵੱਲ ਜਿਹੜੀ ਕਿ ਮੇਨ ਅਪਡੇਟ ਆਈ ਉਹਦੇ ਵੱਲ ਚੱਲਦੇ ਆ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਜਿਹੜੀ سپੈਡਾ ਵੀ ਉਹ ਜ਼ਰੂਰੀ ਹੋ ਚੁੱਕੀ ਹੈ ਜੀ ਆਪਾਂ ਨੇ ਕੋਈ ਵੀ ਪੇਪਰ ਵਰਕ ਕਰਾਉਣਾ ਹੈ ਕੋਈ ਵੀ ਕੰਮ ਕਰਾਉਣਾ ਹੈ ਪੇਪਰ ਹੀ ਕੰਮ ਕਰਾਉਣਾ ਹੈ ਤਾ ਜਿਹੜੀ ਤੁਹਾਡੇ ਕੋਲ ਸਪੈਡ ਹੋਣੀ ਜ਼ਰੂਰੀ ਆ ਤਾਂ ਹੁਣ ਜਿਹੜੇ ਕਿ ਐਮਐਸ ਵੱਲੋਂ ਅਪਡੇਟ ਆ ਰਿਹਾ ਜੀ ਪਹਿਲਾਂ ਹੁਣ ਜਿਵੇਂ ਐਮਐਸ ਚੱਲੀ ਜਾਂਦਾ ਸੀਗਾ ਵੀ ਜੇ ਤੁਹਾਡੇ ਕੋਲ ਐਮਐਸ ਦਾ ਪੈਨ ਤਾਂ ਜਿਹੜੀ ਐਮਐਸ ਦੀ ਵੈਬਸਾਈਟ ਆ ਯੋਹ ਖੁੱਲ ਜਾਂਦੀ ਸੀ ਸਪੈਡ ਤੋਂ ਬਗੈਰ ਵੀ ਜੇ ਤੁਹਾਡੀ ਸਪੈਡ ਬਣੀ ਹੋਈ ਵੀ ਨਹੀਂ ਹੈਗੀ ਤਾਂ ਵੀ ਜਿਹੜੀ ਉਹ EMS ਦੀ ਵੈਬਸਾਈਟ ਆ ਇਹੋ ਤੁਸੀਂ ਆਪਣਾ ਜਿਹੜਾ ਕਾਗਜ਼ੀ ਕੰਮਕਾਰ ਹੈ ਜਿਵੇਂ ਕਿ ਆਪਾਂ ਲਾਲੋਈ ਡਿਸਕ ਕੋਲੋਂ ਪਾਸੇ ਉਹਨੇ ਤੁਸੀਂ ਅਪਲਾਈ ਕਰਨੀ ਆ ਤਾਂ ਤੁਸੀਂ ਕਰ ਸਕਦੇ ਤੇ ਪਰ ਜਿਹੜਾ ਹੁਣ ਦੱਸਿਆ ਜਾ ਰਿਹਾ ਹੈ ਜਿਹੜੀ ਅਪਡੇਟ ਆ ਰਹੀ ਆ ਤਾਂ ਉਹ ਵੀ ਅਗਲੇ ਮੰਥ ਤੋਂ ਵੀ ਜਿਵੇਂ 1 ਸਤੰਬਰ ਤੋਂ ਜਿਹੜੀ ਕਿ EMS ਦੀ ਵੈਬਸਾਈਟ ਆ ਵੀ ਉਹਦੇ ਲਈ ਤੁਹਾਨੂੰ ਕੋਈ ਵੀ ਆਪਣਾ ਜਿਵੇਂ ਤੁਸੀਂ ਡਿਸਕ ਕੋਲੋਂ ਪਾਸੇ ਉਹਨੇ ਅਪਲਾਈ ਕਰਨੀ ਆ ਤੇ ਜਾਂ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਵੇਂ ਐਮਸ ਦਾੜੀ ਕੋਈ ਵੀ ਕੰਟੈਕਟ ਕਰਨਾ ਹੈ ਜਾਂ ਤੁਸੀਂ ਕੋਈ ਵੀ ਕੰਮ ਜਿਵੇਂ ਕਿ ਇਦਾਂ ਪੇਪਰ ਹੀ ਕੰਮ ਕਰਨਾ ਤਾਂ ਉਹਦੇ ਵਿੱਚ ਜਿਹੜੀ ਤੁਹਾਡੀ ਸਪੈਡਾ ਹੀ ਉਹ ਜ਼ਰੂਰੀ ਕਰ ਦਿੱਤੀ ਗਈ ਆ ਵੀ ਜੇ ਕਿਸੇ وجہ ਤੋਂ ਤੁਹਾਡੀ ਸਪੈਡ ਨਹੀਂ ਬਣਦੀ ਤਾਂ ਜਿਹੜੀ ਕਿ ਤੁਹਾਡਾ ਜਿਵੇਂ ਐਮਸ ਦਾ ਪਿੰਨ ਚੱਲ ਸਕਦਾ ਤੇ ਜਿਵੇਂ ਤੁਹਾਡਾ ਕੋਈ ਫਿਸਕਾ ਲਈ ਆਈ ਉਹ ਚੱਲ ਸਕਦਾ ਤੇ ਬਾਕੀ ਜੇ ਜਿਵੇਂ ਹੁਣ ਤੁਸੀਂ ਅਪਲਾਈਉ ਨਹੀਂ ਕੀਤੀ ਹੈਗੀ ਤਾਂ ਜਿਹੜਾ ਤੁਹਾਡਾ ਪੈਨ ਆਈ ਐਮਸ ਦਾ ਉਹ ਇਦਾਂ ਚੱਲਣਾ ਨਹੀਂ ਹੈਗਾ ਕਿਉਂਕਿ ਇਹ ਹੁਣ ਅਗਲੇ ਮੰਥ ਤੋਂ ਜਿਵੇਂ ਹੁਣ ਸ਼ੁਰੂ ਤੋਂ 1 ਸਤੰਬਰ ਤੋਂ ਵੀ ਹੋਣ ਜਾ ਰਿਹਾ ਹੈ ਵੀ ਓਬਲੀਕੋ ਕਰ ਦਿੱਤਾ ਗਿਆ ਇਸ ਸਪੈਡ ਹੋਣਾ ਵੀ ਤੁਹਾਡੇ ਕੋਲ ਸਪੈਡ ਆਈਡੀ ਹੋਣੀ ਜ਼ਰੂਰੀ ਆ ਇਹ ਤੁਹਾਨੂੰ ਪਤਾ ਹੀ ਆਈ ਵੀ ਤੁਸੀਂ ਸਪੈਡ ਆਈਡੀ ਕਿਵੇਂ ਬਣਾਉਣੀ ਆ ਇਹਦੇ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਜਿਹੜੀਆਂ ਵੀਡੀਓ ਬਣਾ ਕੇ ਆਪਾਂ ਨੇ ਤੁਹਾਨੂੰ ਦੱਸਿਆ ਹੋਇਆ ਵੀ ਆ ਇਹ ਤੁਸੀਂ ਕਿਵੇਂ ਅਪਲਾਈ ਕਰਨੀ ਹੈ ਜੀ ਪੋਸਟ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਆ ਇੱਕ ਦੋ ਸਟੈਪਾਂ ਜਿਹੜੇ ਉਹ ਬਾਅਦ ਚ ਉਹ ਤੁਸੀਂ ਆਪ ਕਰਨੇ ਆਪ ਕਰ ਲਿਓ ਨਹੀਂ ਜਿਹੜੇ ਆਪਣੇ ਹੁੰਦੇ ਆ ਜਿਵੇਂ ਤੁਸੀਂ ਜਨਤ ਪਰਮੈਸੋ ਦੀ ਸੇਵਰ ਨੂੰ ਆ ਜਾ ਵੀ ਕੁਛ ਐਦਾਂ ਕੱਟਾਂ ਪਰਵਾਉਂਦੇ ਆ ਤਾਂ ਉਹਨਾਂ ਤੋਂ ਜਿਹੜੀ ਕਿ ਕਰਾ ਸਕਦੇ ਆ ਜਿਵੇਂ ਸਕੈਨ ਕਰਨਾ ਪੈਂਦਾ ਹੁੰਦਾ ਹੈ ਕੋਡ ਜਿਹਾ ਤੇ ਉਦਾਂ ਜਿਹੜੀ ਤੁਸੀਂ ਸਪੈਡ ਬਣਾ ਸਕਦੇ ਆ ਤੇ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ ਐਮਐਸ ਦੇ ਵੱਲੋਂ ਵੀ ਤੁਹਾਡੇ ਕੋਲ ਸਪੈਡ ਆਈਡੀ ਹੋਣੀ ਜ਼ਰੂਰੀ ਹੈ ਤਾਂ ਹੀ ਜਿਹੜਾ ਤੁਹਾਡਾ ਕੋਈ ਦਮਾਂਦਾ ਦਮੁੰਦਾ ਅਪਲਾਈ ਹੋਏ ਕਰਨਾ ਵੀ ਜੇ ਕੋਈ ਅਮਰਜੈਂਸੀ ਆ ਵੀ ਤੁਹਾਡੀ ਸਪੈਡ ਨਹੀਂ ਬਣ ਰਹੀ ਤਾਂ ਜਿਹੜਾ ਤੁਹਾਡਾ ਪੈਨ ਆਈ ਉਹ ਚੱਲ ਸਕਦਾ ਜੇ ਤੁਸੀਂ ਨਹੀਂ ਅਪਲਾਈ ਕੀਤੀ ਤਾਂ ਤੁਹਾਡਾ ਕੁਝ ਵੀ ਇਦਾਂ ਦਮਾਂਦਾ ਕੁਝ ਵੀ ਅਪਲਾਈ ਨਹੀਂ ਹੋਣਾ ਹੈਗਾ ਆਪਣੀ ਜਿਹੜੀ ਸਪੈਡ ਆਈਡੀ ਆਈ ਇਹਨੂੰ ਬਣਾ ਲਓ ਕਿਉਂਕਿ ਟਾਈਮ ਬਹੁਤ ਘੱਟ ਆ ਹੀ ਹੁਣ ਤਕਰੀਬਨ 10 ਦਿਨ ਦਾ ਟਾਈਮ ਰਹਿ ਗਿਆ ਵੀ 10 ਦਿਨ ਦੇ ਵਿੱਚ ਵਿੱਚ ਆਪਣੀ ਜਿਹੜੀ ਤੁਸੀਂ ਹੈਗੀ ਸਪੈਡ ਤੁਹਾਡੀ ਬਣ ਜਾਣੀ ਤਿੰਨ ਤਿੰਨ ਕਿ ਦਿਨ ਇਹਨਾਂ ਨੂੰ ਊਨ ਲੱਗ ਜਾਂਦੇ ਆ ਇਸ ਸਪੈਡ ਨੂੰ ਬਣਨੇ ਨੂੰ ਤੇ ਆਪਣੀ ਬਣਵਾ ਲਓ ਜੀ ਸਪੈਡ ਤੇ ਅੱਜ ਦੀ ਜਿਹੜੀ ਹੈਗੀ ਆਈ ਆਪਣੀ ਅਪਡੇਟ ਤਾਂ ਇਹੋ ਇੰਨੀ ਕੁ ਸੀਗੀ ਤੇ ਮਿਲਦੇ ਆਂ ਜੀ ਆਪਾਂ ਫਿਰ ਤੁਹਾਨੂੰ ਨੈਕਸਟ ਅਪਡੇਟ ਦੇ ਨਾਲ ਹੀ ਕੱਲ ਦੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਹਜੇ ਤੱਕ ਨਹੀਂ ਕੀਤਾ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਆਪਣੀ ਹਰੇਕ ਵੀਡੀਓ ਦੀ ਜਿਹੜੀ ਕਿ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ